ਵੀਨਾ ਵਰਮਾ ਦੀ ਕਹਾਣੀ ਮਿਸਟਰ ਰਾਈਟ ਦਾ ਅਖੀਰਲਾ ਹਿੱਸਾ। ਉਹਦੇ ਮਾਪੇ ਉੱਤੇ ਵਿਆਹ ਲਈ ਦਬਾਅ ਪਾ ਰਹੇ ਸਨ, ਪਰ ਉਹਨੂੰ ਕੋਈ ਕੁੜੀ ਪਸੰਦ ਨਹੀਂ ਆ ਰਹੀ ਸੀ ਅਤੇ ਉਹ ਚਾਹੁੰਦਾ ਸੀ ਕਿ ਉਹ ਕਿਸੇ ਇਹੋ ਜਿਹੀ ਕੁੜੀ ਨਾਲ ਵਿਆਹ ਕਰਾਏ ਜੋ ਉਹਦੇ ਦਿਲ ਅਤੇ ਦਿਮਾਗ ਨਾਲ ਮੇਚ ਖਾਂਦੀ ਹੋਵੇ। ਸਰੀਰਕ ਸੁੰਦਰਤਾ ਉਹਦੇ ਲਈ ਕੋਈ ਬਹੁਤਾ ਮਹੱਤਵ ਨਹੀਂ ਰੱਖਦੀ ਸੀ, ਉਹ ਖੁਦ ਨੂੰ ਇੱਕ ਯੋਗ ਵਰ ਮੰਨਦਾ ਸੀ ਜਿਸ ਨਾਲ ਵਿਆਹ ਕਰਵਾ ਕੇ ਕੋਈ ਵੀ ਕੁੜੀ ਹਮੇਸ਼ਾ ਖੁਸ਼ ਰਹਿ ਸਕਦੀ ਸੀ। ਮੋਨੀਕਾ ਚੁੱਪ ਚਾਪ ਉਹਦੀਆਂ ਗੱਲਾਂ ਸੁਣਦੀ ਰਹੀ। ਉਹ ਜਾਣਦਾ ਸੀ ਮੋਨੀਕਾ ਹੋਰ ਕੁੜੀਆਂ ਵਾਂਗ ਛੇਤੀ ਆਪਣੇ ਪੱਤੇ ਖੋਲ੍ਹਣ ਵਾਲੀ ਨਹੀਂ ਸੀ, ਇਸ ਲਈ ਉਹ ਬੜੀ ਸਾਵਧਾਨੀ ਨਾਲ ਆਪਣੇ ਪੱਤੇ ਸੁੱਟ ਰਿਹਾ ਸੀ, ਪਰ ਮੋਨੀਕਾ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਕੀ ਸੋਚ ਰਹੀ ਹੈ ਤੂੰ ਮੋਨੀਕਾ? ਰਤਨ ਨੇ ਪਿਆਰ ਨਾਲ ਉਹਦਾ ਹੱਥ ਫੜਿਆ। ਨਥਿੰਗ, ਉਹ ਫਿੱਕਾ ਜਿਹਾ ਮੁਸਕਰਾਈ। ਤੂੰ ਆਪਣੇ ਬਾਰੇ ਕੁਛ ਨਹੀਂ ਦੱਸਿਆ ਅਤੇ ਨਾ ਆਪਣੇ ਰਿਸ਼ਤਿਆਂ ਬਾਰੇ, ਰਤਨ ਨੇ ਉਹਦਾ ਅਤੀਤ ਜਾਣਨਾ ਚਾਹਿਆ। ਮੇਰਾ ਤਾਂ ਰਿਸ਼ਤਿਆਂ 'ਚ ਯਕੀਨ ਹੀ ਨਹੀਂ ਹੈ। ਉਹਦੀ ਮੁਸਕਾਨ ਹੋਰ ਡੂੰਘੀ ਹੋ ਗਈ। ਮਤਲਬ? ਰਤਨ ਹੈਰਾਨ ਹੋਇਆ। ਮਤਲਬ ਕਿ ਅੱਜ ਕੱਲ੍ਹ ਰਿਸ਼ਤੇ ਸਿਰਫ ਬਿਜ਼ਨਸ ਬਣ ਕੇ ਰਹਿ ਗਏ ਨੇ ਅਤੇ ਅਸਲੀ ਅਰਥ ਗੁਆਚ ਚੁੱਕੇ ਨੇ। ਰਿਸ਼ਤੇ ਸਿਰਫ ਮਤਲਬ ਲਈ ਘੜੇ ਜਾਂਦੇ ਨੇ ਅਤੇ ਜਦੋਂ ਮਤਲਬ ਪੂਰਾ ਹੋ ਜਾਏ ਰਿਸ਼ਤਾ ਵੀ ਖਤਮ ਹੋ ਜਾਂਦਾ। ਅਸਲ 'ਚ ਦੁਨੀਆ ਦੇ ਸਭ ਰਿਸ਼ਤੇ ਲੋੜ ਦੇ ਨੇ, ਸਿਰਫ ਜ਼ਰੂਰਤ ਦੇ ਸੰਬੰਧ। ਜੇ ਲੋੜਾਂ ਨਾ ਹੋਣ ਤਾਂ ਰਿਸ਼ਤੇ ਵੀ ਨਾ ਹੋਣ। ਬਲੱਡੀ ਡਿਸਪੋਜ਼ੇਬਲ ਰਿਲੇਸ਼ਨਸ। ਮੋਨੀਕਾ ਦਾ ਚਿਹਰਾ ਸਪਾਟ ਹੋ ਗਿਆ ਸੀ ਭਾਵਨਾ ਰਹਿਤ। ਮੋਨੀਕਾ, ਵਟਸ ਰੋਂਗ? ਇੰਨੀ ਬਿਟਰਨੈਸ? ਵਟ ਹੈਪਨ ਟੂ ਯੂ? ਪਲੀਜ਼ ਟੈਲ ਮੀ। ਰਤਨ ਉਹਦੀ ਗੱਲ ਸੁਣ ਕੇ ਵਿਚਲਿਤ ਹੋ ਗਿਆ ਸੀ। ਨਥਿੰਗ ਰੋਂਗ, ਮੈਂ ਤਾਂ ਤੈਨੂੰ ਸਿਰਫ ਆਪਣੇ ਵਿਚਾਰ ਦੱਸੇ ਨੇ ਕਿ ਮੇਰਾ ਰਿਸ਼ਤਿਆਂ 'ਚ ਕੋਈ ਵਿਸ਼ਵਾਸ ਨਹੀਂ ਹੈ। ਜੋ ਵੀ ਅਸੀਂ ਆਪਣੇ ਆਸੇ ਪਾਸੇ ਵਾਪਰ ਰਿਹਾ ਵੇਖਦੇ ਹਾਂ ਉਹਦੇ 'ਚ ਰਿਸ਼ਤੇ ਸਿਰਫ ਵਰਤੇ ਜਾਂਦੇ ਨੇ। ਲੋਕ ਰਿਸ਼ਤਿਆਂ ਦੇ ਨਾਮ 'ਤੇ ਇੱਕ ਦੂਜੇ ਨੂੰ ਯੂਜ਼ ਕਰਦੇ ਨੇ, ਲੋਕ ਵਿਆਹ ਕਰਵਾਉਂਦੇ ਨੇ ਇੱਕ ਬਿਜ਼ਨਸ ਡੀਲ ਵਾਂਗ, ਫਿਰ ਆਪਸ 'ਚ ਲੜਦੇ ਨੇ ਕਿਸੇ ਬੈਟਲ ਫੀਲਡ ਦੀ ਤਰ੍ਹਾਂ, ਅਤੇ ਜਦੋਂ ਨਹੀਂ ਨਿਭਦੀ ਤਲਾਕ ਦਿੰਦੇ ਨੇ, ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਜਾਂਦੇ ਨੇ, ਬੱਚਿਆਂ ਨੂੰ ਆਪਸ 'ਚ ਵੰਡਦੇ ਨੇ ਪੈਸੇ ਅਤੇ ਪ੍ਰੋਪਰਟੀ ਦੀ ਤਰ੍ਹਾਂ, ਅਦਾਲਤਾਂ 'ਚ ਇੱਕ ਦੂਜੇ ਨੂੰ ਘੜੀਸਦੇ ਨੇ ਕਿਸ ਚੀਜ਼ ਲਈ? ਸਿਰਫ ਪੈਸੇ ਲਈ, ਤਾਂ ਕਿ ਇਸ ਬਿਜ਼ਨਸ ਡੀਲ 'ਚੋਂ ਵੱਧ ਤੋਂ ਵੱਧ ਪ੍ਰੋਫਿਟ ਕਮਾ ਸਕਣ। ਇੱਕ ਕਾਨੂੰਨੀ ਰਿਸ਼ਤਾ ਜਿਹਨੂੰ ਜਨਮ ਜਨਮ ਦਾ ਸਾਥ ਵੀ ਮੰਨਿਆ ਜਾਂਦਾ ਹੈ, ਸਿਰਫ ਇੱਕ ਦੂਜੇ ਨੂੰ ਟੋਰਚਰ ਕਰਨ ਦਾ ਢੰਗ ਬਣਾ ਲਿਆ ਜਾਂਦਾ ਹੈ। ਮੋਨੀਕਾ ਦੇ ਮਨ ਚਿੰਤਾ ਦੀ ਜ਼ਹਿਰ ਸੀ। ਪਰ ਤੇਰਾ ਵਿਆਹ ਤਾਂ ਹੋਇਆ ਨਹੀਂ ਹਾਲੇ, ਰਤਨ ਨੇ ਅੰਦਾਜ਼ਾ ਲਗਾਇਆ। ਜੇ ਘੋੜੀ ਚੜ੍ਹੇ ਨੇ ਤਾਂ ਚੜ੍ਹਦੇ ਤਾਂ ਵੇਖੇ ਨੇ। ਮੇਰਾ ਵਿਆਹ ਨਹੀਂ ਹੋਇਆ, ਪਰ ਮੇਰੇ ਸਾਰੇ ਖਾਨਦਾਨ ਦਾ ਤਾਂ ਹੋਇਆ। ਮੇਰੇ ਪੇਰੈਂਟਸ 40 ਸਾਲ ਤੱਕ ਮੈਰਿਡ ਰਹੇ, ਪਰ ਦੋਵਾਂ ਦੀ ਇੱਕ ਦਿਨ ਨਹੀਂ ਬਣੀ। ਸਾਰੀ ਉਮਰ ਮੇਰਾ ਡੈਡ ਮੇਰੀ ਮੰਮ ਨੂੰ ਕੁੱਟਦਾ ਰਿਹਾ ਅਤੇ ਉਹ ਵਿਚਾਰੀ ਚੁੱਪ ਚਾਪ ਉਹਦੀ ਕੁੱਟ ਖਾਂਦੀ ਰਹੀ, ਸਿਰਫ ਇਸ ਲਈ ਕਿ ਉਹਦੇ ਕੋਲ ਜਾਣ ਲਈ ਕੋਈ ਹੋਰ ਥਾਂ ਨਹੀਂ ਸੀ। 3 ਭੈਣ ਭਰਾ ਸੀ ਅਸੀਂ। ਮੇਰੀ ਵੱਡੀ ਭੈਣ ਦਾ ਵਿਆਹ ਮੇਰੇ ਡੈਡ ਨੇ ਜ਼ਬਰਦਸਤੀ ਇੰਡੀਆ ਜਾ ਕੇ ਕੀਤਾ। ਉਹ ਮੁੰਡਾ ਇੰਡੀਆ ਤੋਂ ਇੰਗਲੈਂਡ ਪਹੁੰਚ ਗਿਆ। ਦੋਵਾਂ ਦੇ 2 ਬੱਚੇ ਵੀ ਹੋ ਗਏ, ਪਰ ਜਿਸ ਦਿਨ ਉਹਦੇ ਪਾਸਪੋਰਟ 'ਤੇ ਇੰਗਲੈਂਡ ਦੀ ਪੱਕੀ ਸਟੈਂਪ ਲੱਗ ਗਈ ਉਹ ਭੱਜ ਗਿਆ। ਮੇਰੀ ਭੈਣ ਇਕੱਲੀ ਰਹਿ ਗਈ 2 ਬੱਚਿਆਂ ਨੂੰ ਪਾਲਣ ਲਈ। 5 ਸਾਲ ਬਾਅਦ ਉਹਨਾਂ ਦਾ ਡਿਵੋਰਸ ਹੋ ਗਿਆ। ਮੇਰੀ ਭੈਣ ਦਾ ਦੂਜਾ ਵਿਆਹ ਕਰ ਦਿੱਤਾ ਗਿਆ ਕਿਸੇ ਹੋਰ ਬੰਦੇ ਨਾਲ। ਉਹ ਬੰਦੇ ਦੇ ਆਪਣੇ 2 ਬੱਚੇ ਸੀ, ਪਰ ਉਹ ਮੇਰੀ ਭੈਣ ਦੇ ਬੱਚੇ ਰੱਖਣ ਲਈ ਤਿਆਰ ਨਹੀਂ ਸੀ। 3ਵਾਰ ਪ੍ਰੈਗਨੈਂਟ ਹੋ ਕੇ ਮੇਰੀ ਭੈਣ ਸਾਡੇ ਘਰ ਵਾਪਸ ਆ ਗਈ, ਪਰ ਉਦੋਂ ਤੱਕ ਘਰ 'ਚ ਭਾਬੀ ਦਾ ਰਾਜ ਹੋ ਚੁੱਕਿਆ ਸੀ। ਭਾਬੀ ਮੇਰੀ ਭੈਣ ਨੂੰ ਘਰ 'ਚ ਬਰਦਾਸ਼ਤ ਨਹੀਂ ਕਰ ਰਹੀ ਸੀ। ਦੋਵਾਂ ਦੀ ਅਕਸਰ ਲੜਾਈ ਹੁੰਦੀ ਸੀ ਅਤੇ ਮੇਰਾ ਭਰਾ ਹਮੇਸ਼ਾ ਭਾਬੀ ਦਾ ਸਾਥ ਦਿੰਦਾ ਸੀ। ਇੱਕ ਦਿਨ ਦੋਵਾਂ ਦੀ ਖੂਬ ਲੜਾਈ ਹੋਈ। ਚੁੱਪ ਚਾਪ ਇਹਨੂੰ ਇੱਥੋਂ ਲੈ ਜਾ ਕਿਤੇ ਹੋਰ,
ਵਰਨਾ ਮੈਂ ਲੱਤ ਮਾਰ ਕੇ ਇਹਦਾ ਬੱਚਾ ਇੱਥੇ ਹੀ ਕੱਢ ਦੂੰ। ਭਾਬੀ ਨੇ ਭਰਾ ਨੂੰ ਧਮਕੀ ਦਿੱਤੀ ਅਤੇ ਮੇਰਾ ਭਰਾ ਉਸੇ ਰਾਤ ਮੇਰੀ ਭੈਣ ਨੂੰ ਕਿਸੇ ਵਿਮੈਨ ਰਿਫਿਊਜ ਸੈਂਟਰ 'ਚ ਛੱਡ ਆਇਆ। ਇਹੋ ਜਿਹੀਆਂ ਔਰਤਾਂ ਵਿਚਕਾਰ ਜੋ ਘਰੋਂ ਕੱਢੀਆਂ ਹੁੰਦੀਆਂ ਨੇ ਜਾਂ ਫਿਰ ਘਰੋਂ ਮਜਬੂਰਨ ਬਾਹਰ ਭੱਜਦੀਆਂ ਨੇ, ਮੇਰਾ ਡੈਡ ਚੁੱਪ ਚਾਪ ਤਮਾਸ਼ਾ ਵੇਖਦਾ ਰਿਹਾ। ਉਹਦੇ 'ਚ ਇੰਨੀ ਹਿੰਮਤ ਨਹੀਂ ਸੀ ਕਿ ਮੇਰੇ ਭਰਾ ਅਤੇ ਭਾਬੀ ਨੂੰ ਰੋਕ ਸਕੇ। ਭਰਾ ਨੇ ਡੈਡ 'ਤੇ ਪ੍ਰੈਸ਼ਰ ਪਾਇਆ ਕਿ ਉਹ ਆਪਣਾ ਘਰ ਉਹਦੇ ਨਾਮ ਲਗਵਾ ਦੇਵੇ, ਕੁੜੀਆਂ ਨੂੰ ਕੋਈ ਹਿੱਸਾ ਨਾ ਮਿਲੇ। ਡੈਡ ਨੇ ਉਹੀ ਕੀਤਾ ਜੋ ਮੇਰੇ ਭਰਾ ਨੇ ਕਿਹਾ। ਮੇਰੀ ਮੰਮ ਨੂੰ ਸਟ੍ਰੋਕ ਹੋ ਗਿਆ, ਉਹਨੂੰ ਨਰਸਿੰਗ ਹੋਮ 'ਚ ਛੱਡ ਆਏ ਕਿਉਂਕਿ ਕਿਸੇ ਕੋਲ ਵੀ ਉਹਦੀ ਲੁੱਕ ਆਫਟਰ ਕਰਨ ਦਾ ਟਾਈਮ ਨਹੀਂ ਸੀ, ਕੋਈ ਉਹਨੂੰ ਦੇਖਣ ਲਈ ਵੀ ਨਹੀਂ ਜਾਂਦਾ ਸੀ। ਉਹਦੀ ਨਰਸਿੰਗ ਕੇਅਰ ਦਾ ਸਾਰਾ ਖਰਚਾ ਗੌਰਮੈਂਟ ਦਿੰਦੀ ਸੀ। ਇੱਕ ਦਿਨ ਨਰਸਿੰਗ ਹੋਮ 'ਚ ਉਹਦੀ ਡੈਥ ਹੋ ਗਈ। ਉਹਦੇ ਫਿਊਨਰਲ ਦਾ ਖਰਚਾ ਵੀ ਸਰਕਾਰੀ ਸੀ ਕਿਉਂਕਿ ਮੇਰੇ ਡੈਡ ਕੋਲ ਇਸ ਕੰਮ ਲਈ ਵੀ ਪੈਸੇ ਨਹੀਂ ਸੀ ਅਤੇ ਮੇਰਾ ਭਰਾ ਇੱਕ ਪੈਨੀ ਖਰਚਣ ਲਈ ਵੀ ਤਿਆਰ ਨਹੀਂ ਸੀ। ਫਿਰ ਇੱਕ ਦਿਨ ਮੇਰਾ ਡੈਡ ਵੀ ਬਿਮਾਰ ਹੋ ਗਿਆ, ਉਹਨੂੰ ਵੀ ਸਟ੍ਰੋਕ ਹੋ ਗਿਆ ਅਤੇ ਉਹ ਡਿਸੇਬਲ ਹੋ ਗਿਆ। ਪਰ ਮੇਰੇ ਭਰਾ ਨੇ ਉਹਨੂੰ ਨਰਸਿੰਗ ਹੋਮ ਨਹੀਂ ਭੇਜਿਆ ਬਲਕਿ ਘਰ ਹੀ ਉਹਦੀ ਕੇਅਰ ਕਰਨ ਲੱਗਾ। ਸੋਸ਼ਲ ਸਰਵਿਸਿਜ਼ ਵਾਲਿਆਂ ਨੇ ਉਹਨੂੰ ਦੱਸਿਆ ਕਿ ਉਹ ਮੇਰੇ ਡੈਡ ਦਾ ਕੇਅਰਰ ਸੀ, 24 ਘੰਟੇ ਉਹਦੀ ਸੇਵਾ ਕਰਦਾ ਸੀ। ਇਸ ਸੇਵਾ ਦੇ ਬਦਲੇ ਉਹ ਸੋਸ਼ਲ ਸਰਵਿਸਿਜ਼ ਤੋਂ ਪੈਸੇ ਲੈਣ ਲੱਗ ਪਿਆ। ਡੈਡ ਨੂੰ ਮਿਲਦੇ ਸਾਰੇ ਬੈਨੀਫਿਟਸ ਉਹਦੀ ਪੋਕਿਟ 'ਚ ਜਾਣ ਲੱਗ ਪਏ। ਮਤਲਬ ਆਪਣੇ ਬਿਮਾਰ ਅਤੇ ਅਪਾਹਜ ਬਾਪ ਨੂੰ ਕਮਾਈ ਦਾ ਜ਼ਰੀਆ ਬਣਾ ਲਿਆ ਉਹਨੇ। ਐਟਲੀਸਟ 1000 ਪਾਉਂਡ ਵੀਕ ਦੀ ਇਨਕਮ ਹੋ ਗਈ ਉਹਨੂੰ ਘਰ ਬੈਠੇ ਬਿਠਾਏ। ਪਰ ਡੈਡ ਦੀ ਕੋਈ ਸੇਵਾ ਨਹੀਂ ਕਰਦਾ ਸੀ। ਡੈਡ ਤਾਂ ਹਰ ਸਮੇਂ ਬੈੱਡ 'ਚ ਪਿਆ ਤੜਫਦਾ ਰਹਿੰਦਾ। ਸਾਨੂੰ ਦੋਵਾਂ ਭੈਣਾਂ ਨੂੰ ਇਜਾਜ਼ਤ ਨਹੀਂ ਕਿ ਅਸੀਂ ਆਪਣੇ ਪਿਓ ਨੂੰ ਮਿਲ ਸਕੀਏ। ਲੱਗਦਾ ਸੀ ਜਿਵੇਂ ਸਭ ਕੁਝ ਪੈਸੇ ਲਈ ਹੋ ਰਿਹਾ ਸੀ ਅਤੇ ਬਸ ਇੱਕੋ ਰਿਸ਼ਤਾ ਸੀ ਸਿਰਫ ਪੈਸੇ ਦਾ। ਖੂਨ ਦੇ ਰਿਸ਼ਤੇ ਕਿੱਥੇ ਸੀ? ਮੋਨਿਕਾ ਗੱਲ ਕਰਦੀ ਰੁਕੀ। ਆਈ ਐਮ ਸੋਰੀ ਮੋਨਿਕਾ, ਤੇਰੇ ਨਾਲ ਤੇਰੀ ਫੈਮਲੀ ਨੇ ਇਹੋ ਜਿਹਾ ਗਲਤ ਟ੍ਰੀਟ ਕੀਤਾ। ਰਤਨ ਨੂੰ ਉਹਦੀ ਕਹਾਣੀ ਸੁਣ ਕੇ ਸੱਚਮੁੱਚ ਦੁੱਖ ਲੱਗਿਆ ਸੀ। ਨਹੀਂ, ਸਿਰਫ ਮੇਰੀ ਫੈਮਲੀ ਨਹੀਂ, ਇਹ ਤਾਂ ਸਿਰਫ ਇੱਕ ਇਗਜ਼ੈਂਪਲ ਸੀ। ਬਾਕੀ ਲੋਕ ਵੀ ਇਹੋ ਜਿਹੇ ਨੇ। ਤੂੰ ਦੇਖ, ਹਰ ਬੰਦਾ ਆਪਣੇ ਆਪ ਤੱਕ ਹੀ ਸੀਮਤ ਹੈ। ਹਰ ਸ਼ਖਸ ਦੀ ਕੋਸ਼ਿਸ਼ ਹੁੰਦੀ ਹੈ ਕਿ ਦੂਜਿਆਂ ਤੋਂ ਖੋਹ ਕੇ ਸਿਰਫ ਆਪਣੀ ਔਲਾਦ ਨੂੰ ਦੇ ਦੇ, ਫਿਰ ਉਹ ਔਲਾਦ ਭਾਵੇਂ ਵੱਡੀ ਹੋ ਕੇ ਜੁੱਤੀਆਂ ਹੀ ਕਿਉਂ ਨਾ ਮਾਰੇ। ਕੀ ਭੈਣ, ਕੀ ਭਰਾ, ਕੀ ਹੋਰ ਰਿਸ਼ਤੇਦਾਰ, ਸਭ ਇੰਨੇ ਸੈਲਫਿਸ਼ ਹੁੰਦੇ ਨੇ ਕਿ ਆਪਣੇ ਪਰਿਵਾਰਾਂ ਤੋਂ ਵੱਧ ਕੁਝ ਸੋਚਦੇ ਹੀ ਨਹੀਂ। ਜਿਵੇਂ ਸਾਰੇ ਕਿਸੇ ਰੇਸ 'ਚ ਲੱਗੇ ਹੋਣ ਕਿ ਕਿੰਨਾ ਪੈਸਾ ਇਕੱਠਾ ਕਰਨਾ, ਕਿੰਨੀ ਜਾਇਦਾਦ ਬਣਾਉਣੀ ਹੈ, ਕਿਵੇਂ ਕਿਸੇ ਨੂੰ ਬੇਵਕੂਫ ਬਣਾਉਣਾ, ਕਿਵੇਂ ਕਿਸੇ ਨੂੰ ਲੁੱਟਣਾ, ਸਮਝ ਨਹੀਂ ਆਉਂਦੀ। ਲੋਕ ਇੰਨੇ ਕਮੀਨੇ ਕਿਵੇਂ ਹੋ ਸਕਦੇ ਨੇ ਕਿ ਸਭ ਕੁਝ ਸਿਰਫ ਆਪਣੇ ਹੀ ਨਾਮ ਕਰਨਾ ਚਾਹੁੰਦੇ ਨੇ? ਕਿੱਥੇ ਨੇ ਰਿਸ਼ਤੇ ਨਾਤੇ, ਦੋਸਤ ਮਿੱਤਰ, ਸੱਚੇ ਹਮਦਰਦ? ਲੋੜ ਪੈਣ 'ਤੇ ਕੋਈ ਨਹੀਂ ਕੰਮ ਆਉਂਦਾ, ਸਿਰਫ ਫਾਰਮੈਲਿਟੀਜ਼ ਨੇ। ਇਸ ਲਈ ਮੇਰਾ ਰਿਸ਼ਤਿਆਂ 'ਚ ਕੋਈ ਯਕੀਨ ਨਹੀਂ ਹੈ, ਮੋਨਿਕਾ ਜਿਵੇਂ ਖੁਦ ਨਾਲ ਗੱਲਾਂ ਕਰ ਰਹੀ ਸੀ। ਰਤਨ ਉਹਦੀ ਪੀੜ ਦਾ ਅੰਦਾਜ਼ਾ ਲਗਾ ਰਿਹਾ ਸੀ। ਥੋੜ੍ਹੀ ਦੇਰ ਚੁੱਪ ਰਿਹਾ ਉਹ, ਫਿਰ ਉਹਨੇ ਮੋਨਿਕਾ ਦੇ ਦੋਵੇਂ ਹੱਥ ਆਪਣੇ ਹੱਥਾਂ 'ਚ ਲੈ ਲਏ। ਮੈਂ ਸਮਝਦਾ ਤੇਰੀ ਹਾਲਤ ਨੂੰ ਮੋਨਿਕਾ, ਇਫ ਯੂ ਡੋਂਟ ਮਾਇੰਡ ਕੈਨ ਆਈ ਸੇ ਸਮਥਿੰਗ ਪਲੀਜ਼, ਉਹਨੇ ਹੌਲੀ ਜਿਹੀ ਪੁੱਛਿਆ। ਯੈਸ, ਗੋ ਅਹੈਡ, ਉਹ ਬੋਲੀ। ਆਈ ਲਵ ਯੂ, ਵਿਲ ਯੂ ਮੈਰੀ ਮੀ? ਮੈਨੂੰ ਪਤਾ ਤੇਰਾ ਰਿਸ਼ਤਿਆਂ ਤੋਂ ਯਕੀਨ ਉੱਠ ਚੁੱਕਿਆ, ਪਰ ਮੈਂ ਤੇਰੇ ਇਸ ਯਕੀਨ ਨੂੰ ਗਲਤ ਪ੍ਰੂਵ ਕਰ ਦਿਆਂਗਾ, ਰਤਨ ਦੇ ਧੁਰ ਦਿਲੋਂ ਆਵਾਜ਼ ਆ ਰਹੀ ਸੀ। ਉਹਦੀ ਗੱਲ ਸੁਣ ਕੇ ਮੋਨਿਕਾ ਜ਼ੋਰ ਨਾਲ ਹੱਸੀ, ਕਾਫੀ ਦੇਰ ਹੱਸਦੀ ਰਹੀ। ਉਹ ਹਾਈ ਆਰ ਯੂ ਲਾਫਿੰਗ? ਉਹ ਹੈਰਾਨ ਹੋਇਆ। ਮਿਸਟਰ ਸ਼ਰਮਾ, ਆਈ ਥੋਟ ਯੂ ਅੰਡਰਸਟੈਂਡ ਮਾਈ ਸਿਚੁਏਸ਼ਨ, ਬਟ ਐਕਚੁਲੀ ਯੂ ਡਿਡਨਟ। ਐਨੀਵੇ, ਆਈ ਟੈਲ ਯੂ ਕਲੀਅਰਲੀ ਦੈਟ ਆਈ ਡੋਂਟ ਬਿਲੀਵ ਇਨ ਮੈਰਿਜ। ਵਾਟ ਇਜ਼ ਮੈਰਿਜ?
ਸਿਰਫ ਇੱਕ ਦੂਜੇ 'ਤੇ ਕਬਜ਼ਾ ਕਰਨ ਦਾ ਨਾਜਾਇਜ਼ ਹੱਕ। ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜੋ ਬਾਕੀ ਸਾਰੇ ਰਿਸ਼ਤਿਆਂ ਨੂੰ ਖਾ ਜਾਂਦਾ ਹੈ, ਤੁਹਾਨੂੰ ਖੁਦ ਨੂੰ ਵੀ ਖਤਮ ਕਰ ਦਿੰਦਾ। ਆਪਣੇ ਵਜੂਦ ਨੂੰ ਮਿਟਾ ਕੇ ਤੁਸੀਂ ਇੱਕ ਅਜਿਹਾ ਐਗਰੀਮੈਂਟ ਕਰਦੇ ਹੋ ਜਿਸ 'ਚ ਹਮੇਸ਼ਾ ਡਿਸਐਗਰੀਮੈਂਟ ਹੀ ਹੁੰਦੇ ਨੇ। ਵੈਸੇ ਵੀ ਹੁਣ ਲੋਕਾਂ ਦਾ ਵਿਆਹ 'ਚ ਯਕੀਨ ਨਹੀਂ ਰਿਹਾ। ਵੈਸਟਰਨ ਵਰਲਡ 'ਚ ਬਹੁਤੇ ਲੋਕ ਜਾਂ ਤਾਂ ਇਕੱਲੇ ਰਹਿੰਦੇ ਨੇ ਜਾਂ ਫਿਰ ਲਿਵਿੰਗ ਰਿਲੇਸ਼ਨਸ਼ਿਪ 'ਚ। ਵਿਆਹ ਕੀ ਹੈ? ਇੱਕ ਪੰਗਾ, ਇੱਕ ਅਜਿਹੀ ਸਿਰਦਰਦੀ ਜੋ ਕੋਈ ਨਹੀਂ ਸਹੇੜਨੀ ਚਾਹੁੰਦਾ। ਵਿਆਹ ਤੋਂ ਪਹਿਲਾਂ ਲੋਕ ਆਉਣ ਵਾਲੇ ਸਮੇਂ ਨੂੰ ਯਾਦ ਕਰਕੇ ਖੁਸ਼ ਹੁੰਦੇ ਹੈ, ਵਿਆਹ ਤੋਂ ਬਾਅਦ ਬੀਤੇ ਸਮੇਂ ਨੂੰ ਯਾਦ ਕਰਕੇ ਰੋਂਦੇ ਨੇ। ਇਸ ਲਈ ਹਰ ਕੋਈ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣੀ ਚਾਹੁੰਦਾ। ਫਿਰ ਮੈਂ ਪੰਗਾ ਕਿਉਂ ਲਵਾਂ? ਰਿਸ਼ਤਿਆਂ ਦੀ ਸਫੋਕੇਸ਼ਨ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ। ਆਈ ਐਮ ਐਨ ਇੰਡੀਪੈਂਡੈਂਟ ਵੂਮੈਨ, ਅੱਛੀ ਜੋਬ ਹੈ, ਆਪਣਾ ਫਲੈਟ ਹੈ, ਵਧੀਆ ਕਾਰ ਹੈ, ਮੈਨੂੰ ਮਰਦ ਦੇ ਸਹਾਰੇ ਦੀ ਕੋਈ ਲੋੜ ਨਹੀਂ। ਆਈ ਕੈਨ ਲਿਵ ਮਾਈ ਓਨ ਲਾਈਫ, ਆਈ ਐਮ ਅ ਸਟਰੋਂਗ ਵੂਮੈਨ, ਵਾਈ ਆਈ ਸ਼ੁੱਡ ਹੈਵ ਅ ਮੈਨ ਇਨ ਮਾਈ ਲਾਈਫ, ਮੋਨਿਕਾ ਨੇ ਪੁੱਛਿਆ। ਫਾਈਨੈਂਸ਼ਲੀ ਤੂੰ ਇੰਡੀਪੈਂਡੈਂਟ ਹੋਏਗੀ ਮੋਨਿਕਾ, ਅਤੇ ਸ਼ਾਇਦ ਇਮੋਸ਼ਨਲੀ ਵੀ ਸਟਰੋਂਗ ਹੋਏਗੀ, ਪਰ ਕਦੇ ਨਾ ਕਦੇ ਤਾਂ ਫਿਜ਼ੀਕਲੀ ਤੈਨੂੰ ਕਿਸੇ ਮਰਦ ਦੀ ਲੋੜ ਪੈਂਦੀ ਹੋਏਗੀ। ਤੇਰਾ ਵੀ ਮਨ ਕਰਦਾ ਹੋਏਗਾ ਕਿ ਤੂੰ ਕਿਸੇ ਮਰਦ ਦੀਆਂ ਬਾਹਾਂ 'ਚ ਸੌਵੇਂ, ਉਹਦੇ ਸਾਥ ਦਾ ਨਿੱਘ ਮਾਣੇ, ਉਹਦੇ ਨਾਲ ਉਹ ਸੁੱਖ ਭੋਗੇ ਜੋ ਨੇਚਰ ਨੇ ਮਰਦ ਅਤੇ ਔਰਤ ਦੇ ਸੰਗਮ ਨਾਲ ਪੈਦਾ ਕੀਤਾ। ਤੇਰਾ ਵੀ ਕਦੇ ਜੀ ਕਰਦਾ ਹੋਣਾ ਕਿ ਤੇਰੇ ਕੋਲ ਵੀ ਕੋਈ ਮਿਸਟਰ ਰਾਈਟ ਹੋਵੇ ਜੋ ਤੇਰੇ ਬਿਲਕੁਲ ਫਿੱਟ ਬੈਠਦਾ ਹੋਵੇ। ਰਤਨ ਨੇ ਵੀ ਖੁੱਲ੍ਹ ਕੇ ਗੱਲ ਕੀਤੀ। ਨੋ ਨੋ, ਆਈ ਡੋਂਟ ਐਗਰੀ ਵਿਦ ਯੂ। ਅ ਵੁਮੈਨ ਡਜ਼ਨਟ ਨੀਡ ਅ ਮੈਨ ਐਟ ਆਲ, ਸ਼ੀ ਇਜ਼ ਕੰਪਲੀਟ ਇਨ ਹਰ ਸੈਲਫ, ਈਵਨ ਫੋਰ ਫਿਜ਼ੀਕਲ ਪਲੇਜ਼ਰ ਸ਼ੀ ਕੈਨ ਮੈਨੇਜ ਵਿਦਆਊਟ ਅ ਮੈਨ। ਜੋ ਕੰਮ ਮਸ਼ੀਨ ਕਰ ਸਕਦੀ ਉਸ ਲਈ ਬੰਦੇ ਦੀ ਕੀ ਲੋੜ ਹੈ? ਸੈਕਸ ਸ਼ਾਪ ਤੋਂ ਟੁਆਇਜ਼ ਮਿਲ ਜਾਂਦੇ ਨੇ ਜੋ ਮਰਦ ਤੋਂ ਵੀ ਵੱਧ ਐਂਟਰਟੇਨਰ ਹੁੰਦੇ ਨੇ। ਆਪਣੀ ਚੁਆਇਸ ਅਤੇ ਨੀਡ ਅਨੁਸਾਰ ਆਪਣਾ ਸੈਕਸ ਟੁਆਏ ਖਰੀਦੋ, ਵਰਤੋ ਅਤੇ ਜਦੋਂ ਚਾਹੇ ਬੰਦ ਕਰਕੇ ਡੱਬੇ 'ਚ ਰੱਖ ਦਿਓ। ਬੈਟਰੀ ਚਾਰਜ ਕਰੋ ਫਿਰ ਯੂਜ਼ ਕਰੋ। ਨਾ ਕਦੇ ਉਹ ਥੱਕਦਾ, ਨਾ ਅੱਕਦਾ, ਨਾ ਕੋਈ ਖਿੱਟ ਪਿੱਟ, ਨਾ ਲੜਾਈ, ਨਾ ਝਗੜਾ, ਨਾ ਕਿਸੇ ਰਿਲੇਸ਼ਨਸ਼ਿਪ ਦਾ ਪ੍ਰੈਸ਼ਰ, ਨਾ ਇਮੋਸ਼ਨਲ ਬਲੈਕਮੇਲਿੰਗ, ਨਾ ਕਿਸੇ ਮਰਦ ਦੀ ਗੁਲਾਮੀ, ਨਾ ਕਿਸੇ ਦੀ ਡਿਪੈਂਡੈਂਸੀ। ਸਰੀਰਕ ਭੁੱਖ ਪੂਰੀ ਕਰਨਾ ਸਿਰਫ 2 ਮਿੰਟ ਦਾ ਕੰਮ ਹੈ। ਫਿਰ ਇਹਦੇ ਲਈ ਸਾਰੀ ਉਮਰ ਭਰ ਵਾਸਤੇ ਵਿਆਹ ਵਰਗੀ ਮੁਸੀਬਤ ਗਲ ਪਾਉਣ ਦੀ ਕੀ ਲੋੜ ਹੈ? ਜਸਟ ਬਾਏ ਅ ਚੋਏ ਐਂਡ ਪਲੇ ਵਿਦ ਇਟ ਵੈਨ ਯੂ ਵਾਂਟ, ਦਿਸ ਇਜ਼ ਅ ਰੀਅਲ ਐਂਡ ਪਰਫੈਕਟ ਮਿਸਟਰ ਰਾਈਟ ਫੋਰ ਟੂਡੇਜ਼ ਵੁਮੈਨ, ਮੋਨਿਕਾ ਨੇ ਨੰਗਾ ਸੱਚ ਦੱਸਿਆ। ਪਰ ਇਹ ਤਾਂ ਨਕਲੀ ਹੈ। ਰਤਨ ਨੂੰ ਜਿਵੇਂ ਆਪਣੇ ਕੰਨਾਂ 'ਤੇ ਯਕੀਨ ਨਹੀਂ ਆ ਰਿਹਾ ਸੀ ਕਿ ਮੋਨਿਕਾ ਇੰਨੀ ਬੇਬਾਕ ਸੀ। ਇੱਥੇ ਸਭ ਕੁਝ ਨਕਲੀ ਹੈ, ਰਿਸ਼ਤੇ, ਨਾਤੇ, ਪਿਆਰ, ਮੁਹੱਬਤ, ਦੋਸਤੀਆਂ 'ਤੇ ਹਰ ਚੀਜ਼ ਨਕਲੀ ਹੈ। ਫਿਰ ਬੰਦਾ ਨਕਲੀ ਕਿਉਂ ਨਹੀਂ ਹੋ ਸਕਦਾ? ਮੋਨਿਕਾ ਦੀਆਂ ਅੱਖਾਂ ਹਨੇਰੇ 'ਚ ਚਮਕ ਰਹੀਆਂ ਸੀ ਅਤੇ ਰਤਨ ਨੂੰ ਲੱਗਿਆ ਜਿਵੇਂ ਉਹ ਅੱਜ ਆਖਰੀ ਬਾਜ਼ੀ ਵੀ ਹਾਰ ਗਿਆ ਹੋਵੇ। ਧੰਨਵਾਦ।